तो हुंदा देखो विश्वास, एक हुंदा हंकार। जिवें मैं सीएम बन सकदा इह मेरा विश्वास है, सिर्फ मैं ही सीएम बन सकदा इह मेरा। भगवंत मान ने करप्शन तां कदे कोई नहीं कीती जिंदगी च, पर जे करप्शन नहीं कीती काम भी कोई नहीं कीता। दूसरी गल ओह बंदा हैगा जी अग्गा जोड़ पिछा चौड़, मैनूं तां लगदा वी ओह बंदा जिहनूं मिलदा शराब पी के भुल्ली जांदा होऊगा दूए दिन वी किहनूं मिलिआ सी। ਤੁਹਾਨੂੰ ਮਿਲਿਆ ਕਦੇ ਜ਼ਿੰਦਗੀ 'ਚ? ਮੈਨੂੰ ਮੈਂ ਉਰੇ 40 ਮਿੰਟ ਮੈਕ ਦਿੱਤਾ ਉਹਨੂੰ, ਟਰੈਕਟਰ ਰੱਖ ਕੇ ਝੰਡੀ ਤੇ ਮੈਕ ਫੜਾਇਆ ਜਿਵੇਂ ਤੂੰ ਵੀ ਬੋਲੋ ਮਾਨ ਸਾਹਿਬ, ਵੋਟਾਂ ਪਵਾਈਆਂ ਜਿਤਾਇਆ, 40 ਮਿੰਟ ਅਕਾਲੀਆਂ ਤੇ ਕਾਂਗਰਸੀਆਂ ਤੇ ਤਵਾ ਲਾਇਆ, 10 ਲੱਖ ਰੁਪਇਆ ਬੋਲ ਗਿਆ ਮੇਰੇ ਕਲੱਬ ਨੂੰ ਮੈਟ ਅਤੇ ਲੈਂਟਰ ਵਾਸਤੇ, ਮੈਟ ਵਾਸਤੇ ਤੇ 40 ਮਿੰਟ 1100 ਰੁਪਇਆ ਨੀ ਦੇ ਕੇ ਗਿਆ ਕਲੱਬ ਨੂੰ, ਐਡਾ ਵੱਡਾ ਕੱਪ ਦਿੱਤੇ। ਅੱਛਾ, ਮੁੜ ਕੇ ਨਾ ਕਦੇ ਭੇਜਿਆ ਕੁਛ, ਨਾ ਮਿਲਿਆ, ਨਾ ਕਦੇ ਫੋਨ ਵੀ ਕਰਿਆ, ਇਹੋ ਜਿਹਾ ਬੰਦਾ ਜੀ। ਤੁਸੀਂ ਨੀ ਕੋਸ਼ਿਸ਼ ਕਰੀ ਕਦੇ? ਅਸੀਂ ਤਾਂ ਉਈ ਨੀ ਲਾ, ਮੈਂ ਕਿੰਦੇ ਨੂੰ ਇੱਕ ਦਿਨ ਕਹਿੰਦਾ, ਕਿੰਦਾ ਕਹਿੰਦਾ ਉਰੇ ਭਗਵੰਤ ਮਾਨ ਜੀ ਕਹਿੰਦਾ ਤੁਸੀਂ ਬਾਬਾ ਜੀ ਨੇ 20,000 ਬੰਦੇ ਦਾ ਇਕੱਠ ਕਰਕੇ ਝੰਡੀ ਤੇ ਟਰੈਕਟਰ ਰੱਖ ਕੇ ਤੁਹਾਨੂੰ ਮੈਕ ਫੜਾਇਆ, ਤੁਸੀਂ ਬਾਬਾ ਜੀ ਨੂੰ ਜਿਹੜੇ ਕਹਿੰਦੇ ਵੀ ਅਸੀਂ ਹਾਲ ਪਵਾ ਕੇ ਮੈਟ ਲਾ ਕੇ ਦੇਵਾਂਗੇ ਭਲਵਾਨਾਂ ਵਾਸਤੇ, ਉਹ ਤਾਂ ਤੁਸੀਂ ਮੁੜ ਕੇ ਨਾਂ ਵੀ ਨਹੀਂ ਲਿਆ। ਕਹਿੰਦਾ ਜੀ ਆ ਉੱਥੇ ਬਾਬਾ ਜੀ ਨੂੰ ਦਫ਼ਤਰ ਲੈ ਕੇ ਆ ਜਾਇਓ, ਮੈਂ 4 ਲੱਖ ਰੁਪਇਆ ਦੇ ਦੂੰਗਾ। ਕਹਿੰਦਾ ਕਹਿੰਦਾ 4 ਕਰੋੜ ਇਕੱਠਾ ਕਰ ਦੂ ਹੱਥਾਂ ਨੂੰ ਜੇ ਚਾਹੇ ਹੋ। ਵਿਜੇਂਦਰ ਸਿੰਘ, ਵਿਜੇਂਦਰ ਸਿੰਘ ਦਾ ਥੋੜ੍ਹਾ ਜਿਹਾ ਨਿਮਰਤਾ ਘੱਟ ਹੈ ਅਤੇ ਕੰਮ ਕਰੇ ਨੇ, ਖੈਰ ਉਹਨੇ ਕਰੇ ਨੇ, ਹਾਂ ਪਹਿਲਾਂ PGI ਵੀ ਉਹਨੇ ਬਣਾਇਆ। ਦੇਖੋ ਜਿਹੜਾ ਜਿਹੜਾ ਕੰਮ ਕਰਦਾ ਸੀ, ਥੋੜ੍ਹੀ ਨਿਮਰਤਾ ਘੱਟ ਹੈ, ਬੋਲਣ ਦਾ ਵੀ ਘੱਟ ਪਤਾ। ਅਰੇ ਮੈਨੂੰ ਇਹ ਪਤਾ ਵੀ 1-2 ਬੰਦੇ ਐਸੇ ਨੇ ਸੰਗਰੂਰ ਜ਼ਿਲ੍ਹੇ 'ਚ ਸੈ, ਇਹ ਚੀਜ਼ ਨੂੰ ਜੀ ਤੇਰੀ ਬਹੁਤ ਵਧੀਆ ਗੱਲ ਮੈਨੂੰ ਯਾਦ ਆਈ ਆ, ਕਿਹੜਾ ਨਾਂ ਲਿਆ ਤੇ ਵਿਜੇਂਦਰ ਸਿੰਗਲਾ, ਵਿਜੇਂਦਰ ਸਿੰਗਲੇ ਦਾ ਨਾਂ ਲੈ ਕੇ ਸੰਗਰੂਰ ਜ਼ਿਲ੍ਹੇ ਦੇ 2-3 ਲੀਡਰ ਠੱਗੀਆਂ ਮਾਰਦੇ ਨੇ ਜੀ, ਠੱਗੀਆਂ ਮਾਰਦੇ ਨੇ ਵਿਜੇਂਦਰ ਸਿੰਗਲੇ ਨੂੰ ਰਗੜ ਕੇ ਰੱਖ ਦੇਣਗੇ ਉਹ। ਔਰ ਮੇਰੇ ਨਾਲ ਗੱਲ ਕਰ ਲੈਵੇ, ਮੈਂ 9 ਵੀ ਦੱਸ ਦੂੰਗਾ। ਇੱਕ ਤਾਂ ਸਾਡੇ ਨਾਲ ਹੀ ਮਾਰ ਗਿਆ 28,000 ਦੀ ਠੱਗੀ, ਵਿਜੇਂਦਰ ਸਿੰਗਲਾ ਦਾ ਨਾਂ ਲੈ, ਹਾਂ ਨਾਂ ਲੈ ਕੇ ਵੀ ਅਸੀਂ ਲੋਕਾਂ ਦੇ ਕੰਮ ਕਰਵਾਉਂਦੇ ਹਾਂ, ਅਸੀਂ ਸਰਕਾਰੇ ਦਰਬਾਰੇ, ਉਹ ਠੱਗੀਆਂ ਮਾਰਦੇ ਨੇ ਜੀ। 2-3 ਬੰਦੇ ਨੇ, 2-1 ਬੰਦੇ ਨੂੰ ਤਾਂ ਮੈਂ ਨਾਂ ਲੈ ਦੂੰਗਾ, ਬਾਕੀ ਪਤਾ ਕਰ ਲਿਓ, ਇੱਕ ਦਾ ਤਾਂ ਮੈਂ ਨਾਂ ਹੀ ਲੈ ਦੂੰਗਾ ਸਿੰਗਲੇ ਕੋਲ, ਮੈਨੂੰ ਕਿਹੜਾ ਡਰ। ਬਾਬਾ ਜਾਣਦਾ ਨਹੀਂ ਜਾਣਦਾ, ਨਹੀਂ ਬਾਕੀਆਂ ਬਾਰੇ ਮੈਂ ਸੁਣਿਆ, ਮੈਂ ਇੱਕ ਨਾਲ ਜਿਹਨੇ ਮੇਰੇ ਨਾਲ, ਦੇਖੋ ਇੱਕ ਗੱਲ ਜਿਹਨੇ ਤੁਹਾਡੇ ਨਾਲ, ਹੁਣ ਮੇਰੇ ਬਾਰੇ ਕੋਈ ਚੰਗਾ ਮਾੜਾ ਕਹਿੰਦੇ, ਜਿਹਨੇ ਮੇਰੇ ਨਾਲ ਮਾਰੀ ਆ ਠੱਗੀ ਉਹਦਾ ਤਾਂ ਮੈਂ ਜੱਗਰ ਲੈ ਸਕਦਾ, ਜਿਹਨੇ ਕਿਸੇ ਨਾਲ ਮਾਰੀ ਆ ਉਹਦਾ ਮੈਂ ਨਹੀਂ ਨਾ ਕਹਿ ਸਕਦਾ। ਜਿਹਨੇ ਮੇਰੇ ਨਾਲ ਮਾਰੀ ਆ ਤੁਸੀਂ ਐਂ ਨਾ ਕਹਿ ਕਰੋ ਵੀ ਮੈਂ ਡਰਦਾ। ਦੀਪ ਸਿੱਧੂ ਬਾਰੇ ਕੀ ਵਿਚਾਰ? ਬਹੁਤ ਘੈਂਟ, ਨਾਈਸ, ਚੰਗਾ, ਭਾਜਪਾ ਦਾ ਬੰਦਾ ਹੈ ਕਿ ਨਹੀਂ? ਬਿਲਕੁਲ ਨਹੀਂ ਹੈਗਾ, ਪ੍ਰੋਪੋਗੰਡਾ ਸਾਰਾ। ਦੀਪ ਸਿੱਧੂ 1 ਨੰਬਰ ਹੀਰਾ ਬੰਦਾ, ਮੈਂ ਠੋਕ ਕੇ ਕਹਿਣਾ, ਲੱਖਾ ਵੀ ਠੀਕ ਆ ਪਰ ਇਹ ਜਿੰਨਾ ਚਿਰ ਇਕੱਠੇ ਨਹੀਂ ਹੁੰਦੇ ਪੰਜਾਬ ਲਈ ਪ੍ਰੋਪੋਗੰਡਾ ਕਰਦਾ ਕੌਣ ਹੈ? ਪ੍ਰੋਪੋਗੰਡਾ ਮੇਰੇ ਸਾਲੇ ਜਿਹੜੇ ਆ ਜਿਨ੍ਹਾਂ ਨੇ ਕਦੇ ਜ਼ਿੰਦਗੀ 'ਚ ਕੁਛ ਨਹੀਂ ਕੀਤਾ ਹੁੰਦਾ ਪਹਿਲਾਂ।